सज्जनों मित्रों तुहाड़ा अपना वीर सज्जन शुभाज राणा, जिवें कि तुहानू पता साडा चैनल वेले दी खेड दे उत्ते लै के आउंदे आ पंजाब दे वक्खरे वक्खरे रंग। साडे नाल बजुर्ग आ जिहड़े अज वी ढग्गियां दे नाल जिहनू बोल्द कहिंदे आ पंजाबी दे विच, उहनां नाल कणक नू वीजदे खेडदे आ। देखो तुहाडे नज़र आ रिहा होणा बंदा लै के जा रिहा, लेकिन थोड़ा जिहा फर्क इह पाया वा कि अगे हुंदे सी कि कल्ले हल इक इक लकीर लकीर जा के वीजदे सी, हुण जरा टैक्नोलॉजी पाई, हुण इक टाइम तीन चार लकीरां वीजियां जांदियां वा, ते थोड़ा जिहा जिमीदार आ पंजाब दा वी जरा तरक्की वल नू आया वा। ते तुसीं किन्नी देर तों इह कम्म करदे हो? ਅਸੀਂ ਸ਼ੁਰੂ ਤੋਂ ਇਹ ਕੰਮ ਕਰ ਰਹੇ ਹਾਂ। ਤੇ ਇਹ ਕਿੰਨਾ ਨਹੀਂ ਜਦੋਂ ਪਹਿਲੇ ਜਿਹੜਾ ਇੱਕ ਸੀਗਾ ਉਦੋਂ ਉਹ ਵੀ ਕਰਦੇ ਰਹੇ ਹਾਲ ਵਾਲਾ ਵੀ? ਇਹ 4 ਸਾਲਾਂ ਤੋਂ ਲੱਗੇ ਅਸੀਂ। ਅੱਛਾ 4 ਸਾਲ ਹੋ ਗਏ ਇਹ ਕੰਮ ਕਰਦੇ। ਇਹ ਤੁਹਾਨੂੰ ਕਿਹਨੇ ਮਸ਼ਵਰਾ ਦਿੱਤਾ ਵੀ ਇਹਦੇ ਨਾਲ ਜਰਾ ਕਿੱਥੋਂ ਪਤਾ ਲੱਗਾ ਵੀ ਇਹ ਇੱਥੇ ਪਹਿਲਾਂ ਗਰਾਲੇ ਆਏ ਸੀਗੀ? ਅੱਛਾ ਉੱਥੋਂ ਫਿਰ ਮੈਂ ਲੈਣ ਦੀ। ਅੱਛਾ ਮੈਂ ਕਿਹਾ ਕੰਮ ਇਹ ਸੌਖਾ ਵਾਵਾ ਚੰਗਾ। ਆ ਵੀ ਉਹ ਇੱਕ ਇੱਕ ਗੇੜਾ ਕੱਢਣਾ, ਇੱਕ ਵਾਰੀ 4 ਗੇੜੇ ਹੋ ਜਾਂਦੇ ਆ। 4 5 ਗੇੜੇ ਹੋ ਜਾਂਦੇ ਆ। ਸਹੀ ਹੋ ਗਿਆ। ਤੇ ਕਿੰਨੇ ਪੈਸੇ ਲੈਂਦੇ ਹੋ ਤੁਸੀਂ ਕਿੱਲੇ ਦੇ? ਹੁਣ 2000 ਲਈਦਾ, ਅੱਗੇ ਲਈਦਾ ਸੀ 1500 ਪਿਛਲੇ ਸਾਲ। ਅੱਛਾ ਯਾਨੀ 2000 ਰੁਪਏ 1000 ਲਈਦਾ ਸੀ। ਅੱਛਾ ਅੱਛਾ ਯਾਨੀ 2000 ਰੁਪਏ ਲਿਆ। ਤੇ ਇੱਕ ਦਿਹਾੜੀ 'ਚ ਕਿੰਨੇ ਕਿੱਲੇ ਕੇਰ ਹੋ ਜਾਂਦੇ ਆ ਇਹਦੇ ਨਾਲ ਟੱਗਿਆਂ ਦੇ ਨਾਲ? 4 4 4.5 ਵੀ ਕੇਰ ਦਿੰਦੇ ਆ। ਅੱਛਾ ਯਾਨੀ ਇੱਕ ਦਿਨ ਦੇ ਵਿੱਚ ਯਾਨੀ ਕਿ 4 4.5 ਕਿੱਲੇ ਕੇਰ ਲੈਂਦੇ ਇਹਨਾਂ ਦੇ ਟੱਗਿਆਂ ਦੇ। ਤੇ ਤੁਸੀਂ ਇੱਕ ਜੋੜੀ ਰੱਖੀ ਹੋਈ, 2 ਜੋੜੀਆਂ ਕਿਉਂ ਨਹੀਂ ਬਣਾਈਆਂ? ਉਹ ਫਿਰ ਪੈਸੇ ਇੰਨੇ ਨਹੀਂ ਹੁੰਦੇ ਆ ਨਾ, ਟੱਗੇ ਬਹੁਤ ਲੈਣੇ ਮੁਸ਼ਕਲ ਹੋ ਗਿਆ। ਅੱਛਾ ਮਹਿੰਗੇ ਬਹੁਤ ਹੋ ਗਏ ਵਾਕਿਆ। ਅੱਗੇ ਤੇ ਜੀ ਵਾਕਿਆ ਲੱਖ ਕ ਰੁਪਏ ਤੱਕ ਟੱਗਾ ਲੱਭ ਜਾਂਦਾ ਸੀ, ਹੁਣ ਤਾਂ 3-4 ਲੱਖ ਰੁਪਈਆ, ਹੁਣ ਤਾਂ ਮੱਝਾਂ ਹੀ ਬੜੀਆਂ ਮਹਿੰਗੀਆਂ ਹੋ ਗਈਆਂ। ਜ਼ਿਮੀਦਾਰ ਆ ਹੁਣ ਜਿੱਦਾਂ ਕਣਕ ਦਾ ਰੇਟ ਵੱਧ ਗਿਆ ਨਾ, ਇਦਾਂ ਹੀ ਹਰ ਸ਼ਾਇਦ ਦਾ ਰੇਟ ਅੱਪ ਹੋਇਆ ਹੋਇਆ ਵਾ। ਤੇ ਤੁਹਾਨੂੰ ਇਹ ਦੱਸੋ ਕਿ ਤੁਸੀਂ ਜਿਹੜੀ ਇਦਾਂ ਵਹਾਈ ਠੀਕ ਆ, ਜਿਹੜੀ ਕਿ ਟਰੈਕਟਰ ਨਾਲ ਕੀੜਦੇ ਹੋ, ਤੁਹਾਡਾ ਕੀ ਮਸ਼ਵਰਾ ਵੈਸੇ ਇਹਦੇ? ਇਹ ਤਾਂ ਜਿਹੜਾ ਸਹੀ ਕਰਦੀ ਆ, ਟਰੈਕਟਰ ਤਾਂ ਕਿਤੇ ਸੜ ਜਾਂਦਾ ਦਾਣੇ, ਕਿਤੇ ਵੱਧ ਸੜ ਜਾਂਦਾ, ਕਿਤੇ ਘੱਟ ਸੜ ਜਾਂਦਾ, ਇਦਾਂ ਪੂਰੀ ਪੂਰੀ ਇਦਾਂ ਪੂਰੀ ਪੂਰੀ ਕਰਦੀ ਆ। ਅੱਛਾ ਤੇ ਇਹ ਦੱਸੋ ਵੀ ਯਾਨੀ ਕਿ ਤੁਹਾਨੂੰ ਇਹ ਇੰਨੇ ਸਾਲ ਹੋ ਗਏ ਕੰਮ ਕਰਦੇ ਹੋਏ, ਤੇ ਕਦੀ ਯਾਨੀ ਕਿ ਜਦੋਂ ਹੁਣ ਲਾਲਾ ਲੋਕ ਪੈਸੇ ਟਾਈਮ ਨਾਲ ਦੇ ਦੂ ਦਿੰਦੇ ਆ? ਹਾਂ ਪੈਸੇ ਦੇ ਦਿੰਦੇ ਆ, ਕੋਈ ਰਹਿ ਵੀ ਜਾਂਦੇ ਕੋਈ ਥੋੜੇ ਬੋਦੇ। ਅੱਛਾ ਚਲੋ ਉਹ ਦੇ ਕੇ ਜਾਂ ਪਿੰਡਾਂ ਦੇ ਵਿੱਚ ਇਹ ਹੁੰਦਾ ਵਾ ਤਲਕ ਵਾਸਤੇ ਵਾਲੇ ਲੋਕ ਹੁੰਦੇ ਆ, ਦੇ ਕੇ ਹੀ ਜਾਂ ਛੁੱਟਣੀ ਹੁੰਦੀ ਆ, ਮਸਲਾ ਇਹ ਆ। ਤੇ ਬਾਕੀ ਕੋਈ ਦੀਦ ਲਿਆਜ ਮੂੰਹ ਪਿਆਰ ਵੀ ਹੁੰਦਾ ਬੰਦਿਆਂ ਦੇ ਨਾਲ। ਸਹੀ ਹੋ ਗਿਆ। ਤੇ ਇਹ ਜਿਹੜੇ ਢੱਗਾ ਵਾ ਇਸ ਟਾਈਮ ਕਿੰਨੇ ਦਾ ਆ ਰਿਹਾ ਇੱਕ ਢੱਗਾ? ਅੱਜ ਕੱਲ 2 ਲੱਖ ਤੋਂ ਵੱਧ ਹੀ ਆ, ਘੱਟ ਨਹੀਂ। ਅੱਛਾ ਜੀ, ਜੋੜੀ 4 ਲੱਖ ਦੀ ਆ। ਇਹ ਗੱਲ ਆ ਵੀ ਜਿੰਨੇ ਦਾ ਟਰੈਕਟਰ ਆਉਂਦਾ ਉਹਨੇ ਦੇ ਢੱਗੇ ਆਉਂਦੇ ਆ ਅੱਜ ਕੱਲ੍ਹ। ਹਾਂ, ਤੇ ਟਰੈਕਟਰ ਦੇ ਵਿੱਚ ਤੇਲ ਪਾਉਣਾ, ਇਹਨਾਂ ਨੂੰ ਪੱਠਾ ਪਾਉਣਾ ਪੈਂਦਾ। ਸਹੀ ਹੋ ਗਿਆ। ਤੇ ਸੱਜਣੋ, ਕਿਉਂਕਿ ਪੰਜਾਬ ਦੇ ਵਿੱਚ ਇਸ ਟਾਈਮ ਕਣਕਾਂ ਦੀ ਬਿਜਾਈ ਹੋ ਰਹੀ ਆ, ਤੇ ਕਣਕਾਂ ਜਿਹੜੀਆਂ ਬੀਜਣੀਆਂ ਉਹ ਤੁਹਾਨੂੰ ਪਤਾ ਵਾ ਕਿ ਮਿਹਨਤ ਤਲਬ ਕੰਮ ਆ ਇੱਕ। ਤੇ ਬਾਕੀ ਆ ਦੇਖੋ ਤੁਹਾਨੂੰ ਨਜ਼ਰ ਆ ਰਿਹਾ ਹੋਣਾ ਵਾ, ਇੱਕ ਮਿੰਟ ਰੋਕੀ ਵੀ ਜਵਾਨਾ, ਇੱਕ ਮਾੜਾ ਜਿਹਾ ਗੇੜਾ ਅਸੀਂ ਇਹਦੇ ਨਾਲ ਚਲਾਉਂਦੇ ਹਾਂ, ਤੋਰੋ ਜ਼ਰਾ। ਕੰਮ ਐਡਾ ਆਸਾਨ ਨਹੀਂ ਹੈਗਾ ਵੈਸੇ, ਔਖਾ ਹੀ ਆ, ਲੇਕਿਨ ਮਿਹਨਤ ਤਲਬ ਕੰਮ ਆ। ਤੁਹਾਡੇ ਸਾਹਮਣੇ ਦੇਖੋ, ਆਹ ਦਿਖਾਉਂਦਾ ਮੇਰਾ ਕੈਮਰਾਮੈਨ ਕਿੱਦਾਂ ਇੱਥੋਂ ਬਿਜਾਈ ਹੋ ਰਹੀ ਆ। ਦੇਖੋ ਆਹ ਚਲਾ ਤੂੰ ਵਾਲਾ ਫੜ।